ਹਿਮਾਚਲ ਪ੍ਰਦੇਸ਼ ਵਿੱਚ ਸਵਾਈਨ ਫਲੂ ਦੇ ਨਾਲ ਪੀੜਤ 37 ਸਾਲਾ ਵਿਅਕਤੀ ਦੀ ਮੌਤ ਦਾ ਦੂਸਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਸੋਲਨ ਬਾਜ਼ਾਰ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਤੋਂ ਇੱਕ ਦਿਨ ਬਾਅਦ IGMC ਸ਼ਿਮਲਾ ਦੇ ਵਿੱਚ ਬਲੱਡ ਸੈਂਪਲ ਦੀ ਰਿਪੋਰਟ ਪੋਜ਼ਿਟਿਵ ਆਉਣ ਦੇ ਨਾਲ ਇਸ ਦੀ ਪੁਸ਼ਟੀ ਹੋਈ ਹੈ। ਮੌਤ ਤੋਂ ਬਾਅਦ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਨੇ ਹੋਰ ਚੌਕਸੀ ਵਧਾ ਦਿੱਤੀ ਹੈ। IGMC ਪ੍ਰਸ਼ਾਸਨ ਨੇ ਸੋਲਨ ਦੇ CMO ਨੂੰ ਪਰਿਵਾਰਕ ਮੈਂਬਰਾਂ ਨੂੰ ਅਹਿਤਿਆਤ ਦੇ ਤੌਰ 'ਤੇ ਦਵਾਈਆਂ ਦੇਣ ਦੀ ਵਿਸ਼ੇਸ਼ ਹਦਾਇਤ ਦਿੱਤੀ ਹੈ। ਹਿਮਾਚਲ ਵਿੱਚ ਸਵਾਈਨ ਫਲੂ ਦੇ ਨਾਲ 48 ਘੰਟੇ ਅੰਦਰ ਹੀ 2 ਜਣਿਆਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ IGMC ਵਿੱਚ ਸੋਲਨ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਸੋਮਵਾਰ ਰਾਤ ਨੂੰ ਟਾਂਡਾ ਮੈਡੀਕਲ ਕਾਲਜ ਵਿੱਚ 72 ਸਾਲ ਦੇ ਵਿਅਕਤੀ ਨੇ ਦਮ ਤੋੜ ਦਿੱਤਾ ਸੀ। ਉਸਕਾ H1N1 ਟੈਸਟ ਕਰਾਇਆ ਗਿਆ ਥਾ ਤੋ ਵੋ ਪੋਜ਼ਿਟਿਵ ਆਇਆ ਥਾ ਪਰ ਵੋ ਬਾਅਦ ਮੇਂ ਉਸਕਾ ਡੈਥ ਹੋ ਗਿਆ ਥਾ ਔਰ ਯਹਾਂ ਪੇ ਇੰਤਜ਼ਾਮ ਹੈ ਕਿ ਜੋ ਵੀ ਸਸਪੈਕਟਡ ਕੇਸਿਸ ਹੈ ਉਨਕੋ ਹਮ ਅਲੱਗ ਕਰਕੇ ਐਡਮਿਟ ਕਰਕੇ ਰੱਖਤੇ ਹੈ। ਅਭੀ 6 ਪੇਸ਼ੈਂਟ ਆਏ ਹੈ ਜਿਨਕਾ ਹਮਨੇ ਸਸਪੈਕਟ ਕਰਕੇ ਸਸਪੈਸ਼ਨ ਕੇ ਆਧਾਰ ਪੇ ਹਮਨੇ ਉਸਕਾ ਟੈਸਟ ਕਰਾਇਆ ਹੁਆ ਹੈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।